ਸਤਗੁਰੂ ਜੀ ਦੇ ਘਰ ਵਿੱਚ ਬਡੇ ਵੱਡੇ ਜੋਦੇ ਮਹਾਬਲੀ ਸੂਰਮੇ ਦਲ ਭੰਜਨ ਸੂਰਮੀ ਨੇ ਪ੍ਰਕਾਸ਼ ਕੀਤੇ ਗੁਰੂ ਹਰगोबिंद ਪਾਤਸ਼ਾਹ ਜੀ ਦਾ ਜਨਮ ਹੁੰਦਾ ਹੈ ਗੁਰੂ ਅਰਜਨ ਸਿੰਘ ਮਹਾਰਾਜ ਜੀ ਦੇ ਘਰ ਵਿੱਚ ਦਲ ਭੰਜਨ ਗੁਰ ਸੂਰਮਾ ਵੱਡ ਜੋਦਾ ਬਹੁ ਪਰ ਉਪਕਾਰੀ ਸਤਗੁਰੂ ਜੀ ਨੇ ਗ੍ਰਸਥ ਜੀਵਨ ਨੂੰ ਅਪਣਾਇਆ ਘਰਬਾਰ ਨਹੀਂ त्यागਿਆ ਗੁਰੂ ਨਾਨਕ ਸਾਹਿਬ ਜੀ ਸਮਝਾਉਂਦੇ ਨੇ ਪੁੱਤੇ ਸਤਗੁਰੂ ਦੇ ਘਰ ਦੀ ਹੀ ਵਡਿਆਈ ਆ ਇਹ ਤੋ ਸਾਰੀਆਂ ਜ਼ਿੰਮੇਵਾਰੀਆਂ ਨਭਾਉਂਦਾ ਉਸ ਮਾਲਕ ਨੂੰ ਉਸ ਸਤਿਗੁਰੂ ਨੂੰ ਮਿਲ ਸਕਦਾ ਹੈ ਹੱਥ ਪਾਉਂ ਕਰ ਕਾਮ ਸਭ ਸਾਰੇ ਕੰਮ ਕਰ ਤੇਰਾ ਮਿਲਾਪ ਹੋਏਗਾ ਜਦ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਬੈਠਦੇ ਆ ਨਾ ਗੁਰੂ ਅੰਗਦ ਸਾਹਿਬ ਜੀ ਵੀ ਆਵਾਜ਼ ਮਾਰਦੇ ਨੇ ਗੁਰੂ ਅੰਗਦ ਸਾਹਿਬ ਜੀ ਵੀ ਸਮਝਾਉਂਦੇ ਨੇ ਪੁੱਤ ਆ ਤੈਨੂੰ ਮੈਂ ਹੋਰ ਗਿਆਨ ਵਿੱਚ ਵਾਧਾ ਕਰਾ ਦੇ ਮਾਂ ਜਿਸ ਸਤਗੁਰੂ ਦੀ ਸ਼ਰਣ ਵਿੱਚ ਆਉਣ ਦੇ ਲਈ ਗੁਰੂ ਅਰਜਨ ਸਾਹਿਬ ਜੀ ਕਹਿ ਰਹੇ ਹਨ ਉਹ ਸਤਗੁਰੂ ਕੋਈ ਅਣਜਾਣ ਨਹੀਂ ਅਣਜਾਣ ਦੀ ਦੋਸਤੀ ਹਮੇਸ਼ਾ ਡੂਬਦੀ ਆ ਨਾਲ ਇਆਣੀ ਦੋਸਤੀ ਕਦੇ ਨਾ ਵੈਰਾਸ ਜਿਹਾਂ ਜਾਣੈ ਤਿ ਹੋ ਵਰਤੈ ਵੇਖੂ ਕੋ ਨਿਰਜਾਸ ਇਹ ਗੱਲ ਪੱਕੀ ਆ ਪਰਖ ਕੇ ਦੇਖੀ ਹੈ ਗੁਰੂ ਅੰਗਦ ਸਾਹਿਬ ਜੀ ਕਹਿਣ ਲੱਗੇ ਅਣਜਾਣ ਨੇ 19 ਕਮਤ ਵਰਤਨੀਆ ਜਿੰਨੀ ਕੋਦੇ ਕੋਲ ਹੈ ਅਣਜਾਣ ਡਰਾਈਵਰ ਕਦੇ ਵੀ ਗੱਡੀ ਮੰਜ਼ਲ ਤੇ ਨਹੀਂ ਪਹੁੰਚਾ ਸਕਦਾ ਉਹਨੇ ਨੁਕਸਾਨ ਕਰਾਈ ਦੇਣਾ ਅਣਜਾਣ ਹੈ ਨਾ ਪਤਾ ਨਹੀਂ ਬ੍ਰੇਕ ਕਿੱਦਾਂ ਲਾਉਣੇ ਨੇ ਕਿੱਦਾਂ ਸਟੀering ਨੂੰ ਸੰਭਾਲਣਾ ਹੈ ਕਿੱਦਾਂ ਗੇਅਰ ਪਾਉਣੇ ਪਤਾ ਨਹੀਂ ਅਣਜਾਣ ਹੈ ਉਹਨੇ ਨੁਕਸਾਨ ਕਰਾ ਦੇਣਾ ਨਾਲੇ ਆਪਣਾ ਵੀ ਕਰਾਉਣਾ ਹੈ ਗੱਡੀ ਦਾ ਵੀ ਕਰਾਉਣਾ ਹੈ ਨਾਲ ਬੈਠੇ ਸਾਥੀਆਂ ਦਾ ਵੀ ਕਰਾ ਦੇਣਾ ਗੁਰੂ ਅੰਗਦ ਸਾਹਿਬ ਜੀ ਸਮਝਾਉਂਦੇ ਨੇ ਪੁੱਤ ਉਹ ਸਤ ਗੁਰੂ ਅਣਜਾਣਨੀ ਸਗੋ ਜਿਹੜੇ ਉਹਦੇ ਨਾਲ ਜੁੜਦੇ ਆ ਨਾ ਉਹਦੀ ਸ਼ਰਨ ਚ ਆਉਂਦੇ ਨੇ ਉਹਦੀ ਗੁਲਾਮੀ ਕਬੂਲ ਕਰਦੇ ਨੇ ਉਹਦੇ ਨਿਰਮਲ ਭੌ ਦੇ ਪਿੰਜਰੇ ਵਿੱਚ ਰਹਿਣਾ ਸ਼ੁਰੂ ਕਰਦੇ ਨੇ ਇਹ ਸਤ ਗੁਰੂ ਤੇ ਉਹਨਾਂ ਨੂੰ ਵੀ ਸੋਖ ਘੜ ਸਿਆਣਾ ਬਣਾ ਦਿੰਦਾ ਉਹਦੇ ਨਾਲ ਜੋੜਦਾ ਜਿਹਦੇ ਨਾਲ ਜੁੜਨ ਵਾਲੇ ਸਿਆਣੇ ਬਣਦੇ ਨੇ ਜਿਨ ਅੰਤਰ ਹਰ ਹਰ ਪ੍ਰੀਤ ਹੈ ਤੇ ਜਨ ਸ਼ੋਕੜ ਸਿਆਣੀ RAM ਰਾਜੇ ਉਹ ਅਣਜਾਨੀ ਫਿਰ ਸਿਆਣੀ ਨਾਲ ਜੁੜੀਏ ਅਸੀਂ ਚਾਹੁੰਨੇ ਆ ਨਾ ਸਾਡੇ ਬੱਚੇ ਸਿਆਣੇ ਬਣਨ ਕੋਈ ਮਾਂ ਬਾਪ ਨਹੀਂ ਚਾਹੁੰਦਾ ਵੀ ਸਾਡੇ ਬੱਚੇ ਨਲਾਇਕ ਹੋ ਜਾਣ ਇਹ ਜ਼ਿੰਦਗੀ ਚ ਅਸਫਲ ਹੋ ਜਾਣ ਜੇ ਚਾਹੁੰਨਿਆ ਸਿਆਣੇ ਬਣਨ ਸਾਡੇ ਬੱਚੇ ਤਾਂ ਆਪਣੇ ਬੱਚਿਆਂ ਨੂੰ ਵੀ ਸਿਆਣੇ ਕੋਲ ਲੈ ਕੇ ਆਇਆ ਕਰੀਏ ਸਿਆਣਾ ਕੌਣ ਹੈ ਸਤਿਗੁਰੂ ਸਿਆਣੇ ਸਤਿਗੁਰੂ ਸਿਆਣੇ ਕੋਲ ਲੈ ਕੇ ਆਉਣਾ ਸ਼ੁਰੂ ਕਰ ਦਈਏ ਵੇਖਿਓ ਸਾਡੇ ਬੱਚੇ ਕਿੰਨੇ ਸੁਹੇਰਦ ਹੋਣਗੇ ਹੁਣ ਤੇ ਵੇਖੋ ਹਾਲਾਤ ਕਿਦਾਂ ਦੇ ਨੇ ਸਾਡੇ ਪੰਜਾਬ ਦੇ ਸਾਡੇ ਬੱਚਿਆਂ ਨੂੰ ਖਾਣਾ ਨਹੀਂ ਆਉਂਦਾ ਉਹਨਾਂ ਨੂੰ ਪਤਾ ਹੀ ਨਹੀਂ ਕਿ ਅਸੀਂ ਢਿੱਡ ਚ ਕੀ ਲੈ ਕੇ ਜਾਣਾ ਜੋ ਕੁਝ ਆ ਰਿਹਾ ਸ਼ਰਾਬ ਮਿਲ ਰਹੀ ਹੈ ਸ਼ਰਾਬ ਆ ਰਹੀ ਨਹੀਂ ਚਿੱਟਾ ਮਿਲ ਰਹੀ ਹੈ ਚਿੱਟਾ ਅੰਦਰ ਲੈ ਕੇ ਜਾ ਰਹੇ ਨੇ ਪਤਾ ਹੀ ਨਹੀਂ ਅੰਦਰ ਲਿਜਾਣਾ ਕੀ ਹੈ ਆ ਪਿਛੇ ਜੇ ਖਬਰ ਆਈ ਹੈ ਥੋੜੇ ਦਿਨਾਂ ਦੀ ਗੱਲ ਹੈ ਮਾਝੇ ਇਲਾਕੇ ਦੇ ਵਿੱਚ ਦੋ ਨੌਜਵਾਨ ਬੀਰ ਇੱਕ ਦੀ 16 ਸਾਲ ਉਮਰ ਹੈ ਇੱਕ ਦੀ 17 ਸਾਲ ਉਮਰ ਹੈ ਚਿੱਟੇ ਦੀ ਪੇਟ ਚੜ ਗਏ ਪਤਾ ਹੀ ਨਹੀਂ ਲੱਗਿਆ ਸਤਿਗੁਰੂ ਨੇ ਸਿਆਣੇ ਬਣਾਉਣਾ ਇਹ ਨਾ ਵੀ ਪੁੱਤ ਨਸ਼ੇ ਨੂੰ ਹੱਥ ਨਹੀਂ ਲਾਈਦਾ ਹੁੰਦਾ ਸਤਿਗੁਰੂ ਕੋਲ ਬੈਠਾਂਗੇ ਕਿੰਨੀਆਂ ਪੈਣਾ ਦਾਸ ਦੀ ਬਲੀ ਚੜ ਰਹੀਆਂ ਨੇ ਇਸ ਸਤਿਗੁਰੂ ਜੀ ਨੇ ਸਮਝਾਉਣਾ ਪੁੱਤ ਦਾਸ ਲੈਣਾ ਤੇ ਇੱਕ ਲਾਣਤ ਤੇ ਸਮਾਜ ਦੇ ਉੱਤੇ ਪਹਿਲਾਂ ਤੇ ਕਹਿੰਦੇ ਧੀਆ ਵਾਲੇ ਲੈਂਦੇ ਸੀ ਐਡੇ ਕਮਲੇ ਹੋ ਗਏ ਹੁਣ ਆਪਾਂ ਪਹਿਲਾਂ ਤਾਂ ਇਹ ਮੁੰਡੇ ਵਾਲੇ ਲੈਂਦੇ ਸੀ ਮਾਫ ਕਰਨਾ ਹੁਣ ਧੀਆ ਵਾਲੇ ਵੀ ਲੈਣ ਲੱਗ ਗਏ ਧੀਆ ਵਾਲੇ ਵੀ ਲੈ ਰਹੇ ਨੇ ਸੋ ਸਤਿਗੁਰੂ ਜੀ ਕੋਲ ਬੈਠ ਕੇ ਆਪਾਂ ਸਿਆਣੇ ਬਣਨਾ ਹੈ ਸਿਆਣੇ ਉਹਦੀ ਹੋਮਾਂਗੇ ਜਦੋਂ ਸਿਆਣੇ ਸਤਿਗੁਰੂ ਕੋ ਲਾਵਾਂਗੇ ਪਰ ਅਸੀਂ ਤੇ ਸਿਆਣੇ ਕਿੰਨਾ ਨੂੰ ਬਣਾਏ ਜਿਹੜੇ ਸਵਾਦੀਆਂ ਪੁੜੀਆਂ ਕਰਕੇ ਦੇ ਦਿੰਦੇ ਨੇ ਲੋਕ ਉਹਨਾਂ ਨੂੰ ਸਿਆਣੇ ਕਹਿੰਦੇ ਨੇ ਵੀ ਪਿੰਡ ਵਿੱਚ ਸਿਆਣੇ ਦਾ ਘਰ ਕਿੱਥੇ ਉਹ ਸਿਆਣੀ ਨਹੀਂ ਭਾਈ ਅਸਲੀ ਸਿਆਣਾ ਹੈ ਸਤਗੁਰੂ ਜਿਹੜੇ ਸਾਨੂੰ ਜਿਉਣ ਦਾ ਢੰਗ ਤਰੀਕਾ ਦੱਸ ਦੇ ਨੇ ਗੁਰੂ ਜੀ ਦੱਸਦੇ ਆ ਨਾ ਪੁੱਤ ਝੂਠ ਨਾ ਬੋਲਿਆ ਕਰ ਨਸ਼ਾ ਨਾ ਕਰਿਆ ਕਰ ਵਪਾਰ ਨਾ ਕਰ ਸੌਦਾ ਨਾ ਕਰ ਭਾਵੇਂ ਜਦੋਂ ਵਿਆਹ ਸ਼ਾਦੀ ਹੁੰਦਾ ਉਸ ਸਮੇਂ ਦੀ ਗੱਲ ਹੈ ਉਦੋਂ ਤੇ ਆਪਾਂ ਆਪਣੀ ਕੋਈ ਦੁਕਾਨਦਾਰੀ ਦਾ ਕੰਮ ਕਰਦੇ ਆ ਉਹ ਅੱਡ ਵਪਾਰ ਹੈ ਇੱਕ ਵਿਆਹ ਦੇ ਵਿੱਚ ਵਪਾਰ ਕਰਦੇ ਨੇ ਸੌਦੇਬਾਜ਼ੀਆਂ ਕਰਦੇ ਨੇ ਇਸ ਸਤਗੁਰੂ ਜੀ ਸਮਝਾਉਂਦੇ ਨੇ ਹੋਰ ਮਨਮੁਖ ਦਾਜ ਜੇ ਰੱਖ ਦਿਖਾਲੈ ਸ਼ੋ ਕੂੜ ਅਹੰਕਾਰ ਕੱਚ ਪਾਜੋ ਸਤਗੁਰੂ ਜੀ ਸਮਝਾਉਂਦੇ ਨੇ ਮਨਮੁਖਾਂ ਦੇ ਕੰਮ ਨਹੀਂ ਸਤਗੁਰੂ ਜੀ ਸਿੱਖਿਆ ਦਿੰਦੇ ਨੇ ਪੁੱਤ ਕਿਸੇ ਦਾ ਬੁਰਾ ਨਾ ਤੱਕਿਆ ਕਰ ਪਰ ਕਾ ਬੁਰਾ ਨਾ ਰੱਖੋ ਚੀਤ ਤੁਮ ਕੋ ਦੁੱਖ ਨਹੀਂ ਭਾਈ ਮੀਤ ਗਰੰਟੀ ਏ ਗੁਰੂ ਦੀ ਏ ਮੇਰੇ ਮਿੱਤਰ ਤੈਨੂੰ ਦੁੱਖ ਨਹੀਂ ਲੱਗੇਗਾ ਜੇ ਤੂੰ ਪਰाये ਦਾ ਬੁਰਾ ਨਹੀਂ ਤੱਕੇਂਗਾ ਭਾਵੇਂ ਤੇਰਾ ਦਸ਼ਮਣੀ ਕਿਉਂ ਨਾ ਹੋਵੇ ਸਰਬੱਤ ਦਾ ਭਲਾ ਮੰਗਦੇਂ ਆ ਤੂੰ ਕਰਨਾ ਵੀ ਸਿੱਖ ਮੰਗ ਤੇ ਰੋਜ਼ ਰੀਆਂ ਰੋਜ਼ ਕਹਿੰਨੀ ਆ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਇਹ ਕਦੋਂ ਕਿਰਪਾ ਹੁੰਦੀ ਆ ਜਦੋਂ ਸ਼ਰਨ ਵਿੱਚ ਆਉਂਨੇ ਆ ਸੰਗਤ ਵਿੱਚ ਆਉਂਨੇ ਆ ਫਿਰ ਪਤਾ ਲੱਗਦਾ ਫਿਰ ਮਨ ਕਹਿੰਦਾ ਵਿਸਰ ਗਈ ਸਬਤਾਂ ਪਰਾਈ ਜਬ ਤੇ ਸਾਧ ਸੰਗਤ 모ਹੇ ਪਾਈ ਨਾ ਕੋ ਬੈਦੀ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਬਨਾਈ ਗੁਰੂ ਜੀ ਨੇ ਸਮਝਾ ਦੇਣਾ ਸਭ ਮੇ ਜੋਤ ਜੋਤ ਹੈ ਸੋਏ ਪੁੱਤ ਜੀ ਦਾ ਬੁਰਾ ਚਤ ਬਧਾਈ ਨਾ ਉਹਦੇ ਵਿੱਚ ਵੀ ਰੱਬ ਹੀ ਵਸਦਾ ਹੈ ਸਾਰਿਆਂ ਵਿੱਚ ਉਸ ਮਾਲਕ ਦੀ ਜੋਤ ਹੈ ਸਿਆਣੇ ਕੋਲ ਬੈਠੀਏ ਤਾਈ ਸਿਆਣੇ ਬਣਾਂਗੇ ਗੁਰੂ ਅੰਗਦ ਸਹਿਬ ਜੀ ਕਿਰਪਾ ਕਰਦੇ ਨੇ ਪੋਤੋ ਮਾਲਕ ਬੜਾ ਹੀ ਸਿਆਣਾ ਨੇ ਜਿਹੜੇ ਉਹਦੇ ਕੋਲ ਆਉਂਦੇ ਆ ਨਾ ਉਹ ਉਹਨਾਂ ਨੂੰ ਵੀ ਸੋਖੜ ਸਿਆਣਾ ਬਣਾ ਦਿੰਦਾ ਜਦੋਂ ਗੁਰੂ ਅੰਗਦ ਸਹਿਬ ਜੀ ਨਾਲ ਗੱਲਾਂ ਕਰਦੇ ਆ ਫਿਰ ਗੁਰੂ ਅਮਰਦਾਸ ਜੀ ਵੀ ਆਵਾਜ਼ ਮਾਰਦੇ ਨੇ ਬੈਠੀ ਤਾਂ ਸਹੀ ਆਪਣੇ ਗੁਰੂ ਪਿਤਾ ਜੀ ਦੇ ਕੋਲ ਪਰ ਸਾਡੇ ਤੇ ਹਾਲਾਤ ਬਣ ਗਏ ਘਰ ਦੇ ਵਿੱਚ ਪਾਠ ਕਰਾਇਆ ਹੋਵੇ ਗੁਰੂ ਗ੍ਰੰਥ ਸਾਹਿਬ ਜੀ ਦੀਨ ਦੁਨੀਆਂ ਦੇ ਮਾਲਕ ਆਪਣੇ ਘਰ ਆਏ ਹੁਣ ਜਿਸ ਮਾਲਕ ਨੇ ਘਰ ਬਖਸ਼ੀ ਹੈ ਉਹ ਘਰ ਦੇ ਵਿੱਚ ਆਏ ਹੋਣ ਆਪਣੇ ਕੋਲ ਬੈਠਣ ਦਾ ਟਾਈਮ ਹੀ ਨਹੀਂ ਹੁੰਦਾ ਗ੍ਰੰਥੀ ਵੀਰ ਕਈ ਵਾਰ ਕੰਦਾਂ ਨੂੰ ਬਾਣੀ ਸੁਣਾ ਕੇ ਚਲਿਆ ਜਾਂਦਾ ਹੈ ਕੋਈ ਕੋਲੇ ਬੈਠਾ ਹੀ ਨਹੀਂ ਖਾਲੀ ਕਲਾਸ ਨੂੰ ਤਾਂ ਦੁਨਿਆਵੀ ਟੀਚਰ ਵੀ ਨਹੀਂ ਪੜਾਉਂਦਾ ਹੁੰਦਾ ਕਲਾਸ ਖਾਲੀ ਹੋਵੇ ਨਾ ਟੀਚਰ ਆਵੇ ਕਲਾਸ ਵਿੱਚ ਕਦੇ ਵੇਖੇ ਵੀ ਪੜਾਉਣਾ ਸ਼ੁਰੂ ਕਰਦੇ ਗੁਰੂ ਜੀ ਤੇ ਸਭ ਤੋਂ ਵੱਡੇ ਅਧਿਆਪਕ ਨੇ ਸਭ ਤੋਂ ਵੱਡੇ ਟੀਚਰ ਨੇ ਸਾਡੇ ਕੋਲ ਬੈਠਣ ਦਾ ਸੁਣਨ ਦਾ ਟਾਈਮ ਹੀ ਨਹੀਂ ਗ੍ਰੰਥੀ ਵੀਰ ਕੱਲਾ ਹੀ ਬਾਣੀ ਪੜ੍ਹ ਰਿਹਾ ਸੁਣੋ ਸੁਣਨੀ ਤੇ ਉਹਨੇ ਸਾਨੂੰ ਆ ਨਾ ਵੀਰ ਨੂੰ ਤਾਂ ਪਤਾ ਹੈ ਸੰਥਿਆ ਲਈਏ ਵੀਰ ਨੇ ਤੇ ਪਤਾ ਗੁਰੂ ਜੀ ਕੀ ਉਪਦੇਸ਼ ਕਰ ਰਹੇ ਨੇ ਘਰ ਵਿੱਚ ਗੁਰੂ ਜੀ ਆਏ ਨੇ ਸਾਨੂੰ ਉਪਦੇਸ਼ ਕਰਨ ਲਈ ਆਏ ਨੇ ਜਦੋਂ ਘਰ 'ਚ ਮਹਿਮਾਨ ਆਉਂਦੇ ਆ ਨਾ ਆਪਾਂ ਉਹਨਾਂ ਕੋਲੇ ਨਾ ਬੈਠੀਏ ਇਹ ਤੇ ਆਮ ਹੀ ਨਿੱਕੀ ਜੀ ਉਦਾਹਰਨ ਹੈ ਵੀ ਮਹਿਮਾਨਾਂ ਦੇ ਕੋਲ ਨਾ ਬੈਠੀਏ ਆਪਾਂ ਪੂਰੀ ਸੇਵਾ ਪੂਰੀ ਕਰੀਏ ਆਏ ਹੋਏ ਮਹਿਮਾਨਾਂ ਦੀ ਆਏ ਹੋਏ ਪਰੌਣੀਆਂ ਦੀ ਪੂਰੀ ਸੇਵਾ ਹੋਵੇ ਚਾਹ ਵੀ ਟਾਈਮ ਤੇ ਪ੍ਰਸ਼ਾਦਾ ਪਾਣੀ ਵੀ ਵਕਤ ਦੇ ਨਾਲ ਤਿੰਨ ਤਿੰਨ ਸਬਜ਼ੀਆਂ ਬਣੀਆਂ ਹੋਣ ਖੀਰ ਵੀ ਬਣਾ ਲਈਏ ਚੰਗੀ ਤਰ੍ਹਾਂ ਸੇਵਾ ਕੀਤੀ ਜਾਏ ਪਰ ਆਪਾਂ ਉਹਨਾਂ ਦੀ ਗੱਲ ਨਾ ਸੁਣੀਏ ਬੈਠ ਕੇ ਹਾਲ ਚਾਲ ਨਾ ਪੁੱਛੀਏ ਫਿਰ ਕੀ ਹੋਏਗਾ ਰਿਸ਼ਤੇਦਾਰ ਵੀ ਜਾਂਦੇ ਹੋਏ ਕਹਿ ਦਿੰਦੇ ਨੇ ਵੀ ਅਸੀਂ ਰੋਟੀਆਂ ਖਾਣ ਨਹੀਂ ਸੀ ਆਏ ਅਸੀਂ ਮਿਲਣ ਆਏ ਸੀ ਗੱਲਾਂ ਕਰਨ ਆਏ ਸੀ ਰੋਟੀਆਂ ਤੇ ਅਸੀਂ ਘਰੇ ਵੀ ਖਾਈ ਲੈਣੇ ਆ ਅਸੀਂ ਤੇ ਪਿਆਰ ਕਰਕੇ ਆਏ ਸੀ ਵੀ ਚਲੋ ਗੱਲਾਂ ਬਾਤਾਂ ਕਰਾਂਗੇ ਪਿਆਰ ਵਧੇਗਾ ਉਹ ਵੀ ਨਾਰਾਜ਼ ਹੋ ਜਾਂਦੇ ਨੇ ਇੱਥੇ ਤੇ ਦੀਨ ਦੁਨੀਆ ਦਾ ਮਾਲਕ ਘਰੇ ਆਇਆ ਹੁੰਦਾ ਆਪਾਂ ਬੈਠ ਕੇ ਬਾਬੇ ਦੀ ਗੱਲ ਹੀ ਨਹੀਂ ਸੁਣਦੇ ਗੁਰੂ ਜੀ ਸਮਝਾਓ ਕੀ ਸਮਝਾਉਣਾ ਚਾਹੁੰਨੇ ਹੋ ਕਦੀ ਬੈਠੀਏ ਪੁੱਛੀਏ ਤਾਂ ਸਹੀ ਸਤਿਗੁਰੂ ਜੀ ਤੇ ਬੜੀਆਂ ਬਖਸ਼ਾ ਕਰਦੇ ਨੇ ਗੁਰੂ ਅਮਰਦਾਸ ਜੀ ਵੀ ਆਵਾਜ਼ਾਂ ਮਾਰਦੇ ਨੇ ਆ ਪੁੱਤ ਮੈਂ ਤੈਨੂੰ ਦੱਸਾਂ ਜੇ ਤੂੰ ਸਤਿਗੁਰੂ ਦੀ ਸ਼ਰਨ ਵਿੱਚ ਆ ਜਾਵੇਂ ਨਾ ਸਭ ਤੋਂ ਵੱਡੀ ਬਖਸ਼ਿਸ਼ ਹੋਣੀ ਆ ਤੇਰੇ ਉੱਤੇ ਸਭ ਤੋਂ ਪਹਿਲੀ ਕਿਰਪਾ ਹੋਣੀ ਆ ਤੇਰੇ ਜੀਵਨ ਵਿੱਚ ਆਨੰਦ ਦੀ ਆਨੰਦ ਆ ਜਾਣਾ ਹੈ